ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਬਿਕਰਮਜੀਤ ਸਿੰਘ ਮਜੀਠੀਆ ਅਤੇ ਸੁਖਬੀਰ ਬਾਦਲ ਦੇ ਖਿਲਾਫ ਕੋਈ ਮਾਮਲਾ ਦਰਜ ਹੋ ਸਕਦਾ, ਕਿਉਂਕਿ ਦੱਸਿਆ ਜਾ ਰਿਹਾ ਕਿ ਜਿਸ ਰਿਪੋਰਟ ਨੂੰ ਉਹਨਾਂ ਨੇ ਪੰਜ ਰੁਪਈਏ ਦੀ ਰਿਪੋਰਟ ਦੱਸਿਆ ਸੀ, ਜਾਂ ਇਹ ਕਹਿ ਸਕਦੇ ਹਾਂ ਕਿ ਜਿਸ ਰਿਪੋਰਟ ਨੂੰ ਫਾੜ ਕੇ ਉਹਨਾਂ ਨੇ ਰਸਤਿਆਂ ਵਿੱਚ ਸੁੱਟਿਆ ਸੀ, ਉਸ ਦੇ ਵਿੱਚ ਇੱਕ ਵਾਰੀ ਨਹੀਂ ਬਲਕਿ ਬਹੁਤ ਵਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਹੈ। ਇਹ ਕਹਿ ਰਹੇ ਨੇ ਜੀ, ਮੈਂ ਦੱਸਣਾ ਚਾਹੁੰਦਾ ਕਿ ਜਸਕਰਨ ਸਿੰਘ ਕਾਨ ਸਿੰਘ ਵਾਲਾ ਤੋਂ ਕਹਿ ਰਹੇ ਨੇ ਕਿ ਮੈਂ ਇਸ ਮਾਮਲੇ ਦੇ ਵਿੱਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਇਨਸਾਫ ਲੈਣ ਵਾਸਤੇ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾ ਸਕਦਾ ਹੈ। ਭਾਈ ਕਾਨ ਸਿੰਘ ਨੇ ਕਿਹਾ ਹੈ ਕਿ ਜਿਸ ਰਿਪੋਰਟ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਆਇਆ, ਇੱਕ ਵਾਰ ਨਹੀਂ ਬਹੁਤ ਵਾਰ ਜ਼ਿਕਰ ਆਇਆ, ਉਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਔਰ ਇਹਨਾਂ ਦੋਹਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਸਖਤ ਕਾਰਵਾਈ। ਸੁਣੋ, ਉਹਨਾਂ ਨੇ ਇੱਕ ਪਾਸੇ ਤਾਂ SHO ਸਾਹਿਬ ਪੁਲਿਸ ਆਫਿਸਰ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਨੇ, ਦੂਸਰੇ ਪਾਸੇ ਮੀਡੀਆ ਨਾਲ ਗੱਲਬਾਤ ਕਰ ਰਹੇ ਨੇ ਔਰ ਮੀਡੀਆ ਦੀ ਗੱਲਬਾਤ ਤੋਂ ਬਾਅਦ ਪੁਲਿਸ ਆਫਿਸਰ ਵੀ ਮੀਡੀਆ ਦੇ ਸਾਹਮਣੇ ਆਇਆ। ਸੁਣੋ, ਇਹ ਤਿੰਨੇ ਹੀ ਜਿਹੜੀਆਂ ਗੱਲਬਾਤ ਕੀਤੀ ਹੋਈ ਹੈ ਉਹਨਾਂ ਦਾ ਇੱਕ ਇੱਕ ਅੰਸ਼। ਸੁਖਬੀਰ ਸਿੰਘ ਬਾਦਲ ਨੇ ਲੋਫਰਾਂ ਤਰ੍ਹਾਂ ਇਲੀਟਰੇਸੀ ਲੀਡਰਾਂ ਦੀ ਤਰ੍ਹਾਂ ਇਸ ਰਿਪੋਰਟ ਨੂੰ ਪਾੜਤਾ, ਖਿਲਾਰਤਾ, ਖਿਲਾਰ ਕੇ ਪੈਰਾਂ 'ਚ ਰੋਲਤਾ। ਇਸ ਰਿਪੋਰਟ ਦੇ ਵਿੱਚ 92 ਵਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ। ਸੁਖਬੀਰ ਸਿੰਘ ਬਾਦਲ 'ਤੇ ਧਾਰਾ 295 ਲੱਗਣੀ ਚਾਹੀਦੀ ਆ। ਜੇ ਕਿਤੇ ਇਹਦੇ 'ਤੇ ਅਸਰ ਨਾ ਹੋਇਆ ਤਾਂ ਮੈਂ ਇਸ ਕੰਪਲੇਂਟ ਨੂੰ ਹਾਈ ਕੋਰਟ ਦੇ ਵਿੱਚ ਲਿਖ ਜਾਊਂ। ਜਸਕਰਨ ਸਿੰਘ ਕਾਨ ਸਿੰਘ ਵਾਲੇ ਤੋਂ ਹੈਗੇ ਆ, ਉਹਨਾਂ ਨੇ ਕੰਪਲੇਂਟ ਸਾਡੇ ਨੂੰ ਦਿੱਤੀ ਸੀਗੀ ਵੀ ਸ਼੍ਰੀ ਸੁਖਬੀਰ ਬਾਦਲ ਜਿਹੜੇ ਹੈਗੇ ਆ ਉਹਤੇ ਮਜੀਠੀਆ ਦੇ ਖਿਲਾਫ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਕੋਈ ਜਿਹੜੀ ਆ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਹੈਗੀ ਆ ਉਹਨੂੰ ਪਾੜਿਆ ਹੈਗਾ। ਉਹਨਾਂ ਦਾ ਰੋਸ ਸੀਗਾ ਵੀ ਉਹ ਜਿਹੜੀ ਹੈਗੀ ਦਰਖਾਸਤ ਵੀ ਉਹਦੇ ਵਿੱਚ ਉਹਨਾਂ ਨੇ ਰਣਜੀਤ ਸਿੰਘ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਅੰਕਿਤ ਆ, ਕੁਰਾਨ ਦੇ ਸ਼ਬਦ ਅੰਕਿਤ ਹੈਗੇ ਆ ਅਤੇ ਉਹ ਪਾੜਨੀ ਨਹੀਂ ਸੀ ਚਾਹੀਦੀ ਉਹਨਾਂ ਨੂੰ, ਉਹਦੇ ਕਰਕੇ ਉਹਨਾਂ ਨੇ ਕੰਪਲੇਂਟ ਕੀਤੀ ਹੈਗੀ। ਉਹ ਕੂਆ ਚੰਡੀਗੜ੍ਹ ਦਾ ਬੰਦਾ ਹੈਗਾ, ਕੰਪਲੇਂਟ ਸਾਨੂੰ ਮਿਲੀ ਹੈਗੀ, ਉਹ ਅਸੀਂ ਜਾਂਚ ਕਰ ਰਹੇ ਹਾਂ ਜੀ, ਉਹਦੀ ਦੇਖ ਰਹੇ ਫਿਰ ਉਸ ਤੋਂ ਬਾਅਦ ਜੋ ਬੰਦੀ ਕਾਰਵਾਈ ਵੀ ਕਰਾਂਗੇ ਜੀ। ਬਿਲਕੁਲ ਜੀ, ਬਿਲਕੁਲ। ਇਸ ਦੇ ਵਿੱਚ ਵੀ ਰਿਪੋਰਟ ਦੇ ਵਿੱਚ ਵੀ ਜਸਟਿਸ ਰਣਜੀਤ ਸਿੰਘ ਰਿਪੋਰਟ ਜਿਹਦਾ ਕਿ ਪੂਰੀ ਦੁਨੀਆ ਵੱਲੋਂ ਸਵਾਗਤ ਕੀਤਾ ਗਿਆ ਔਰ ਖਾਸ ਕਰਕੇ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਉਹਨਾਂ ਨੇ ਇੱਕ ਇੱਕ ਬਹਿਸ ਦਾ ਜਿਹੜਾ ਵਿਧਾਨ ਸਭਾ 'ਚ ਹੋ ਰਹੀ ਸੀ ਉਸਦੇ ਸ਼ਬਦ ਨੂੰ ਸੁਣਿਆ ਔਰ ਇਸ ਰਿਪੋਰਟ ਦਾ ਵੈਲਕਮ ਕੀਤਾ। ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ MLAs ਔਰ ਉਹਨਾਂ ਵੱਲੋਂ ਜੋ ਇਸ ਰਿਪੋਰਟ ਨੂੰ ਫਾੜਿਆ ਗਿਆ, ਇਹ ਇਹਨਾਂ 'ਚ ਗੁੱਸਾ ਹੈ ਕਿ ਦਰਅਸਲ ਉਸ ਰਿਪੋਰਟ ਦੇ ਵਿੱਚ ਕਈ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਆਇਆ ਸੀ। For all updated news,
please subscribe Ava News and click the bell icon.